ਗੁਰੂ ਤੇਗ ਬਹਾਦਰ ਸਾਹਿਬ ਨੂੰ 9 ਵਰਿਆਂ ਦੀ ਉਮਰ ਵਿੱਚ ਬਾਬਾ ਗੋਵਿੰਦ ਰਾਏ ਜੀ ਨੇ ਤੋੜਿਆ ਅਨੰਦਾਂ ਦੀ ਪੂਰੀ ਤੋਂ ਪਤਾ ਕੀ ਬਚਨ ਕਹਿ ਕੇ ਤੋੜਿਆ ਮੈਂ ਕਹਿ ਕੇ ਫਤਿਹ ਕਜਾਵਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੇ ਸੀਸ ਦੇਣਾ ਪੈਣਾ ਹੈ ਧਰਮ ਨੂੰ ਰੱਖਣ ਦੇ ਲਈ ਤੇ ਬਾਬਾ ਗੋਵਿੰਦ ਰਾਏ 9 ਸਾਲ ਦੀ ਉਮਰ ਵਿੱਚ ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕਰੋ ਸਨਾਤਨ ਮਤ ਨੂੰ ਰੱਖੋ ਸੀਸ ਦੇ ਦਿਓ ਜਦੋਂ ਕਿਸੇ ਨੂੰ ਤੈਰਨਾ ਸਿਖਾਉਣਾ ਹੋਵੇ ਤੇ ਪਹਿਲਾਂ ਆਪ ਤਾਰੀ ਲਾਉਣੀ ਪੈਂਦੀ ਹੈ ਜੇ ਦੀਨ ਲਈ ਮਰਨਾ ਸਿਖਾਉਣਾ ਹੈ ਲੋਕਾਈ ਨੂੰ ਤੇ ਪਹਿਲਾਂ ਮੁਰਸ਼ਿਦ ਨੂੰ ਆਪ ਮਰਨਾ ਪਵੇਗਾ ਸਿਰ ਦੇਣਾ ਪਵੇਗਾ ਬਾਬਾ ਗੁਰੂ ਤੇਗ ਬਹਾਦਰ ਕਹਿੰਦੇ ਗੋਬਿੰਦ ਰਾਏ ਜੀ ਬੜੀਆਂ ਗਿਆਨ ਦੀਆਂ ਬਾਤਾਂ ਪਾਉਂਦੇ ਹੋ ਪਰ ਸਚਾਈ ਦੱਸ ਦਵਾਂ ਇਦੇ ਵਿੱਚ ਤੁਹਾਡਾ ਨੁਕਸਾਨ ਹੈ ਭਾਰਤ ਵਰਸ਼ ਦਾ ਭਲਾ ਹੈ ਮੇਰੇ ਸਿਰ ਦਿੱਤਿਆਂ ਤੁਸੀਂ ਯਤੀਮ ਹੋ ਜਾਣਾ ਤੇ ਜਿਨ੍ਹਾਂ ਦੇ ਸਿਰ ਤੇ ਪਿਤਾ ਨਾ ਹੋਵੇ ਲੋਕ ਉਹਨਾਂ ਦੀ ਕਦਰ ਨਹੀਂ ਪਾਉਂਦੇ ਆਪਾਂ ਵੇਖਿਆ ਹੈ ਨਾ ਯਤੀਮਾਂ ਦਾ ਕੀ ਹਾਲ ਹੁੰਦਾ ਹੈ ਕਿੰਨੇ ਵਿਦਕਰੇ ਹੁੰਦੇ ਨੇ ਤੁਸੀਂ ਯਤੀਮ ਹੋ ਜਾਣਾ ਤੁਹਾਡੇ ਸਿਰ ਤੇ ਬਾਪ ਦੀ ਛੱਤ ਨਹੀਂ ਰਹਿਣੀ ਤੁਹਾਡੀ ਮਾਤਾ ਨੇ ਵਿਧਵਾ ਹੋ ਜਾਣਾ ਹੈ ਇਹ ਜੋ ਮਾਈ ਵਿਧਵਾ ਹੋ ਜਾਵੇ ਲੋਕ ਅੱਦ ਵੀ ਛੱਡ ਜਾਂਦੇ ਨੇ ਬੁਰੀ ਨਦਰ ਨਾਲ ਵੇਖਣ ਲੱਗ ਜਾਂਦੇ ਨੇ ਦੇ ਸਿਰ ਤੇ ਖਸਮ ਹੈ ਨਹੀਂ ਹੈ ਪੁੱਛਣ ਵਾਲਾ ਬਾਣੀ ਦਾ ਹੀ ਇਹ ਫਰਮਾਨ ਹੈ ਨਾ ਜਿ ਚਰ ਵਸਿਆ ਕੰਤ ਘਰ ਤਾ ਜਿਓ ਜਿਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾ ਕੋਈ ਨਾ ਪੁੱਛੈ ਤੇਰੀ ਬਾਤ ਇਹ ਸੌਦਾ ਭਾਰਤ ਲਈ ਫਾਇਦੇਮੰਦ ਹੈ ਤੁਹਾਡੇ ਲਈ ਨੁਕਸਾਨ ਦੇ ਹੈ ਬਾਬਾ ਗੋਬਿੰਦ ਰਾਏ ਨੇ ਇੱਕ ਬਚਨ ਕਿਹਾ ਸੀ ਪਿਤਾ ਜੀ ਜੇ ਮੇਰੇ ਜਤੀਮ ਹੋਇਆ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋਂ ਬਚ ਜਾਣ ਤੇ ਇਹ ਸੌਦਾ ਫਾਇਦੇਮੰਦਾ ਜਾ ਕੇ ਸਿਰ ਦੇ ਦਿਓ ਮਾਤਾ ਗੁਜਰੀ ਜੀ ਆਖਣ ਲੱਗੇ ਜੇ ਹੇ ਪਤੀ ਦੇਵ ਤੁਹਾਡੇ ਸੀਸ ਦਿੱਤਿਆਂ ਮੈਂ ਵਿਦਵਾ ਹੋਵਾਂ ਤੇ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਰੰਡੀਆਂ ਹੁਣੋ ਬਚ ਜਾਣ ਸੌਦਾ ਫਾਇਦੇਵੰਦਾ ਜਾ ਕੇ ਲੱਖਾਂ ਦੇ ਸੁਹਾਗ ਰੱਖ ਲਓ ਤੁਸੀਂ ਦੇਵੀ ਲੱਭਦੇ ਫਿਰਦੇ ਹੋ ਮਾਤਾ ਗੁਜਰੀ ਨਾਲੋਂ ਵੱਡੀ ਦੇਵੀ ਕਿਹੜੀ ਐ ਸਰੂਹੇ ਜ਼ਮੀਨ ਤੇ ਜਿਨਨੇ ਲੱਖਾਂ ਸਵਾਗ ਰੱਖ ਲਏ ਪਰ ਉਪਕਾਰ ਚਿਤਵਿਆ